ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬੱਬੂ, ਤੁਸੀਂ ਦੇਖ ਰਹੇ ਹੋ ਬੱਬੂ ਟੈਕਨੀਕਲ ਚੈਨਲ। ਅੱਜ ਦਾ ਪ੍ਰੋਜੈਕਟ ਲੈ ਕੇ ਆਏ ਹਾਂ ਆਪਾਂ 3 HP ਦਾ। ਵਿਖਾਉਣੇ ਤੁਹਾਨੂੰ ਆਪਾਂ ਵੀ ਸੋਲਰ ਦਾ ਸਮਾਨ ਖਰੀਦਦੇ ਸਮੇਂ ਕਿਹੜੀਆਂ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ। ਇਸ ਪ੍ਰੋਜੈਕਟ ਦੇ ਵਿੱਚ ਆਪਾਂ 9 ਪੈਨਲ ਲਾਉਣੇ ਆ ਜੀ। ਦੇਖ ਸਕਦੇ ਹਾਂ ਇੱਥੇ 6 ਪੈਨਲ ਸੀਰੀਜ਼ ਕਰਕੇ ਲਾਏ ਆਪਾਂ ਡਰੈਲ ਚਲਾਉਣ ਨੂੰ, ਅਤੇ 3 ਪੈਨਲ ਆ ਪਏ ਆ ਜੀ। ਅਤੇ ਹੁਣ ਆਪਾਂ ਪੂਰਾ ਸਮਾਨ ਵਿਖਾਉਣੇ ਆ ਵੀ ਕੀ ਸਮਾਨ ਮਿਲਦਾ ਇਸ ਪ੍ਰੋਜੈਕਟ ਦੇ ਨਾਲ ਅਤੇ ਕਿੰਨਾ ਕੁ ਵਧੀਆ ਮਿਲਦਾ ਏ, ਹਰ ਚੀਜ਼ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਰਾਊਂਡ ਪੁਲੀ ਦੇ ਵਿੱਚ ਜਿਹੜੇ ਨਟ ਪੈਂਦੇ ਆ, ਇਹ ਵਾਲੇ ਜਿਹੜੀ ਉੱਪਰ ਘੁੰਮਦੀ ਆ, ਜਿਹੜਾ ਆਪਾਂ ਪੂਰਾ ਪ੍ਰੋਜੈਕਟ ਨੂੰ ਘੁਮਾਉਣੇ ਉੱਥੇ 500 'ਤੇ ਨਟ ਆ। ਪਰ ਜਦੋਂ ਤੁਸੀਂ ਜਾਣਾ ਇਹ ਪ੍ਰੋਜੈਕਟ ਲੈਣ ਤਾਂ ਇਸ ਚੀਜ਼ ਦੀ ਮੰਗ ਕਰਨੀ ਆ ਵੀ ਇੱਥੇ 500 'ਤੇ ਨਟ ਹੋਣੇ ਚਾਹੀਦੇ ਆ, ਕਿਉਂਕਿ ਹਨੇਰੀ ਤੂਫਾਨ 'ਚ 500 'ਤੇ ਨਟ ਹੀ ਖੜ੍ਹਦੇ ਆ, 400 'ਤੇ ਨਟ ਨਹੀਂ ਖੜ੍ਹਦੇ। ਟਰੈਕਟਰ ਵਾਲੀ ਕਿੱਲੀ ਜਿਹੜੀ ਮੇਨ ਉੱਪਰ ਰਫਟਰ ਪੈਣਾ ਉਹਦੇ ਵਿੱਚ ਪੈ ਜਾਣੀ ਆ। ਇਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਨੜ ਦੇ ਜਾਂਦੇ, ਨੜ ਦੇ ਚੂੜੀਆਂ ਹੁੰਦੀਆਂ ਏ ਅਤੇ ਰਫਟਰ ਹਿਲਦਾ ਰਹਿੰਦਾ ਏ ਅਤੇ ਵੱਢਿਆ ਜਾਂਦਾ ਚੂੜੀਆਂ ਨਾਲ। ਇਸ ਪ੍ਰੋਜੈਕਟ ਨੂੰ ਜਿਹੜੇ ਸਟਰਕਚਰ ਨੂੰ ਸਾਰਾ ਕਸਣਗੇ ਉਹ 400 'ਤੇ ਨਟ ਮਿਲਦੇ ਆ, ਤਾਂ ਇਹਦੇ ਵਿੱਚ ਵੀ ਗੌਰ ਰੱਖਣੀ ਆ ਵੀ ਇਹ 300 'ਤੇ ਨਟ ਜਾਂ 250 'ਤੇ ਨਟ ਵੀ ਦੇ ਜਾਂਦੇ ਆ, ਤਾਂ ਪੈਸੇ ਇਸ ਪ੍ਰੋਜੈਕਟ ਦੇ ਵੀ ਇੰਨੇ ਹੀ ਲੈ ਜਾਂਦੇ ਆ। ਇਹ 400 'ਤੇ ਨਟ ਦੀ ਮੰਗ ਕਰਨੀ ਆ ਤੁਸੀਂ। ਜਿਹੜੇ ਪੈਨਲਾਂ ਨਟ ਕਹਦੇ ਆ ਸਟੀਲ ਦੇ ਆ, ਤਾਂ ਇਹਦੇ ਵਿੱਚ ਲੋਹੇ ਦੇ ਨਟ ਵੀ ਦੇ ਜਾਂਦੇ ਆ, ਉਹ ਨਟ ਸਸਤਾ ਏ, ਇਹ ਨਟ ਮਹਿੰਗਾ। ਅਤੇ ਆਹ ਯੂ ਕਲੰਪ ਜਿਹੜੇ ਸਪੋਰਟ ਪਾਈਪਾਂ ਨੂੰ ਫੜ ਕੇ ਰੱਖਣਗੇ, ਇਹ ਬਾਈ ਨੇ ਸਾਰਾ ਰੰਗ ਕਰਤਾ ਪ੍ਰੋਜੈਕਟ ਇਹ, ਵੀ ਅੱਗੇ ਜਾ ਕੇ ਲੌਂਗ ਟਾਈਮ 'ਤੇ ਚੱਲ ਕੇ ਇਹਨੂੰ ਜਗਾਲ ਨਾ ਪਵੇ। ਵੈਸੇ ਪ੍ਰੋਜੈਕਟ ਸਾਰਾ GI ਹੀ ਹੁੰਦਾ, ਫਿਰ ਵੀ ਉਹਨੇ ਰੰਗ ਕਰਤਾ ਆਪਦੀ ਸੇਫਟੀ ਲਈ ਵੀ ਬਚਿਆ ਰਵੇ। ਅਤੇ ਆਹ ਇੱਕ ਥੱਲੇ ਵਾਲੇ ਪਾਸੇ ਜਿਹੜਾ ਬੇਸ ਆ ਉਸ ਪੈਪ ਨੂੰ ਲੱਗ ਜਾਣਾ, ਇਹ ਵੀ ਸਪੋਰਟ ਪਾਈਪਾਂ ਨੂੰ ਫੜ ਕੇ ਰੱਖੂਗਾ। ਆਹ ਕਲੰਪ ਜਿਹਦੇ 'ਤੇ ਆਪਾਂ ਸਟਾਰਟਰ ਕਸਣਾ, ਆਹ ਰਾਊਂਡ ਪੁਲੀ ਆ ਗਈ, ਵੇਖ ਸਕਦੇ ਬਹੁਤ ਮੋਟੇ ਸਾਈਜ਼ 'ਚ ਆ, ਇਹ ਵੀ ਬਾਈ ਨੇ ਰੰਗ ਕਰਤੀ ਕਾਲੇ ਰੰਗ ਦੀ, ਵੀ ਬਜੀ ਰਵੇ ਜਗਾਲ ਤੋਂ। ਇੱਕ ਇਹਦੇ ਨਾਲ ਸਟਾਰਟਰ ਮਿਲਦਾ ਜੀ 3 HP ਦਾ, ਅਤੇ ਇੱਕ ਇਹਦੇ ਨਾਲ ਮਿਲਦੇ ਆ ਜੀ MC4 ਕਨੈਕਟਰ। ਇਹ ਬਹੁਤ ਲਾਜ਼ਮੀ ਆ, ਕਿਉਂਕਿ ਜਦੋਂ ਪੈਨਲਾਂ ਦੇ ਨਾਲ ਕਨੈਕਟ ਕਰਨੀਆਂ ਤਾਰਾਂ ਸਟਾਰਟਰ ਨੂੰ ਲਾਉਣ ਵਾਸਤੇ, ਉਦੋਂ ਕਈ ਵਾਰ ਇੱਥੇ ਛਿਲ ਕੇ ਟੇਪ ਕੀਤੀ ਪਈ ਹੁੰਦੀ ਆ, ਪਰ ਉਹ ਜ਼ਿਆਦਾ ਕਾਮਯਾਬ ਨਹੀਂ ਗਏ। ਇਹਦੀ ਤਾਰਾਂ ਨਾਲ ਸਹੀ ਕਨੈਕਟੀਵਿਟੀ ਇਹਦੇ ਨਾਲ ਹੁੰਦੀ ਆ। ਅਤੇ ਆਹ ਸਪੋਰਟ ਪਾਈਪਾਂ ਜਿਹੜੀਆਂ ਛੋਟੀਆਂ ਆਪਾਂ ਅਪ ਡਾਊਨ ਕਰਨੀਆਂ, ਅਤੇ ਆਹ ਵੱਡੀਆਂ 6 ਫੁੱਟ ਸਾਈਜ਼ ਦੇ ਵਿੱਚ ਆ, ਅਤੇ ਆਹ 3 ਰਫਟਰ ਆ, ਇਹ 10.5 ਫੁੱਟ ਸਾਈਜ਼ ਦੇ ਵਿੱਚ ਆ। ਤਾਂ ਸੀ ਐਂਗਲ ਜਿਹਨਾਂ 'ਤੇ ਆਪਾਂ ਪੈਨਲ ਕਸਣੇ ਆ ਉਹ 17 ਫੁੱਟ ਸਾਈਜ਼ ਦੇ ਵਿੱਚ ਆਉਂਦੇ ਆ। ਤਾਂ ਇਸ ਚੀਜ਼ ਦੀ ਗੌਰ ਕਰਨੀ ਵੀ ਜਿਹੜਾ ਸੀ ਐਂਗਲ ਆ ਇਹ 2x3 ਦਾ ਵੀ ਆਉਂਦਾ, ਇਹ 2x4 ਦਾ ਏ, ਅਤੇ ਪ੍ਰੋਜੈਕਟ ਦੇ 2x3 ਦੇ ਵੀ ਪੈਸੇ ਆਉਂਦੇ ਆ ਅਤੇ 4 ਦੇ ਵੀ ਆਉਂਦੇ ਆ। ਤਾਂ ਇਸ ਚੀਜ਼ ਦੀ ਗੌਰ ਕਰਨੀ ਆ ਵੀ 2x4 ਦਾ ਸੀ ਐਂਗਲ ਹੋਵੇ ਜਿਹਦੇ 'ਤੇ ਆਪਾਂ ਪੈਨਲ ਕਸਣੇ ਆ। ਹੁਣ ਤੁਹਾਨੂੰ ਆਪਾਂ ਬੇਸ ਵਿਖਾਉਣੇ ਜਿਹੜਾ ਫਿੱਟ ਕੀਤਾ, ਵੇਖ ਸਕਦੇ ਹਾਂ ਬੇਸ ਫਿੱਟ ਕੀਤਾ। ਅੱਗੇ ਵੀ ਆਪਾਂ ਬੇਸ ਦੀਆਂ ਬਹੁਤ ਵੀਡੀਓ ਵਿਖਾਈਆਂ ਤੁਹਾਨੂੰ, ਪਰ ਉਹਦੇ 'ਤੇ ਰੰਗ ਨਹੀਂ ਕੀਤਾ ਹੁੰਦਾ, ਜਿਵੇਂ ਸਾਡੇ ਕੋਲ ਆਉਂਦਾ ਉਵੇਂ ਹੀ ਕਸਟਮਰ ਫਿੱਟ ਕਰ ਲੈਂਦਾ, ਪਰ ਇਹਦੇ ਵਿੱਚ ਰੰਗ ਰੁੰਗ ਮਾਰ ਕੇ ਫੇਰ ਫਿੱਟ ਕੀਤਾ ਵੀ ਜਗਾਲ ਤੋਂ ਬਚਿਆ ਰਵੇ। ਵੇਖ ਸਕਦੇ ਹਾਂ ਇੱਥੇ ਜਿਹੜੀ ਮੋਟਰ ਪਾਈ ਉਹ ਸਮਰਸੀਬਲ ਆ, ਅਤੇ ਇੱਥੇ ਪਾਣੀ ਦਾ ਲੈਵਲ ਹੈਗਾ 20 ਫੁੱਟ 'ਤੇ, ਅਤੇ ਮੋਟਰ ਪਾ ਰੱਖੀ ਆਪਾਂ 60 ਫੁੱਟ 'ਤੇ। ਅਤੇ ਹੁਣ ਤੁਹਾਨੂੰ ਇਸ ਪ੍ਰੋਜੈਕਟ ਦੀ ਪੂਰੀ ਵੀਡੀਓ ਵਿਖਾਵਾਂਗੇ ਫਿੱਟ ਕਰਦਿਆਂ ਦੀ। Thank you.
ਦੋਸਤੋ ਪਲਾਂਟ ਆਪਣਾ ਲੱਗ ਚੁੱਕਿਆ। ਇਹ ਪਲਾਂਟ 3 HP ਦਾ ਵੇਖ ਸਕਦੇ ਹਾਂ, ਪਲਾਂਟ ਬਹੁਤ ਵਧੀਆ ਲੱਗਿਆ। ਹੁਣ ਆਪਾਂ ਵਿਖਾਉਣੇ ਤੁਹਾਨੂੰ ਪੈਨਲ ਕਿਹੜੀ ਕੰਪਨੀ ਦੇ ਆ, ਕਿੰਨੇ ਕਿੰਨੇ ਵਾਟ ਦੇ ਆ, ਕਿਹੜੀ ਟੈਕਨੋਲੋਜੀ ਦੇ ਕੰਮ ਕਰਦੇ ਆ, ਅਤੇ ਪਾਣੀ ਦਾ ਪ੍ਰੈਸ਼ਰ ਵੀ ਚੈੱਕ ਕਰਾਵਾਂਗੇ, ਪਾਣੀ ਦੇ ਲੈਵਲ ਬਾਰੇ ਵੀ ਦੱਸਾਂਗੇ ਕਿੰਨੇ ਫੁੱਟ 'ਤੇ ਆ, ਅਤੇ ਪ੍ਰੋਜੈਕਟ ਦੇ ਰੇਟ ਦੀ ਵੀ ਗੱਲ ਕਰਾਂਗੇ ਕਿੰਨੇ ਦਾ ਇਹ। ਵੇਖ ਸਕਦੇ ਹਾਂ ਪ੍ਰੋਜੈਕਟ ਲੱਗਿਆ, ਬਹੁਤ ਵਧੀਆ ਲੱਗਿਆ। ਪਿਛਲੇ ਪਾਸਿਓਂ ਵੇਖ ਸਕਦੇ ਹਾਂ ਕੋਈ ਵੀ ਤਾਰ ਨਹੀਂ ਥੱਲੇ ਲਟਕਦੀ। ਸਾਰਾ ਸਟੈਂਡ ਕਸਟਮਰ ਨੇ ਰੰਗ ਕਰਤਾ ਹੈ ਬਲੂ ਕਲਰ ਦੇ ਵਿੱਚ, ਵੀ ਜੰਗਾਲ ਨਾ ਪਵੇ ਇਹਨੂੰ। ਵੈਸੇ ਸਟੱਕਰ ਸਾਡਾ ਜੀ ਆਈ ਹੁੰਦਾ, ਜੰਗਾਲ ਨਹੀਂ ਪੈਂਦਾ, ਪਰ ਫਿਰ ਵੀ ਉਹਨੇ ਰੰਗ ਕਰਕੇ ਵਧੀਆ ਕੀਤਾ, ਇਹਦੀ ਲਾਈਫ ਹੋਰ ਵੱਧ ਜੂਗੀ। ਇੱਥੇ ਆਪਾਂ ਪੈਨਲ ਲਾਏ ਆ ਲੁਬੀ ਕੰਪਨੀ ਦੇ 335 ਵਾਟ ਦੇ। ਇਹ ਪੈਨਲ ਪੋਲੀ ਟੈਕਨੋਲੋਜੀ 'ਤੇ ਕੰਮ ਕਰਦੇ ਆ ਜੀ। ਇਹਦੇ ਵਿੱਚ ਆਪਾਂ ਐਂਟੀ ਥੈਫਟ ਨਟ ਨਾਲ ਲਾਏ ਆ, ਪੈਨਲ ਖੁੱਲ੍ਹਣ ਦਾ ਬਹੁਤ ਘੱਟ ਚਾਂਸ ਆ। ਨਟ ਵੱਢ ਕੇ ਹੀ ਪੈਨਲ ਖੁੱਲੂਗਾ, ਇੰਝ ਨਹੀਂ ਆਪਾਂ ਉਹਨੂੰ ਖੋਲ੍ਹ ਸਕਦੇ। ਇਹਦੇ ਵਿੱਚ ਇੱਕ ਚੀਜ਼ ਹੋਰ ਗੌਰ ਕਰਨ ਵਾਲੀ ਆ ਵੀ ਹਰ ਪੈਨਲ ਦੇ ਨਾਲ 6 ਫੁੱਟ ਦੀ ਤਾਰ ਮਿਲਦੀ ਆ, ਅਤੇ ਜੇ 10 ਪੈਨਲ ਲਾ ਦਈਏ ਤਾਂ 60 ਫੁੱਟ ਤਾਰ ਬਣ ਗਈ। ਕੰਪਨੀ ਨੂੰ ਚਾਹੀਦਾ ਵੀ ਪੈਨਲ 'ਤੇ 6 ਫੁੱਟ ਦੀ ਤਾਰ ਦੀ ਬਜਾਏ 1-1 ਫੁੱਟ ਦੀ ਤਾਰ ਹੋਵੇ, 2 ਫੁੱਟ ਤਾਰ ਹੀ ਹੋਵੇ, ਦੋਵੇਂ ਪਾਸੇ 1-1 ਫੁੱਟ, ਤਾਂ DC ਕਰੰਟ ਹੋਰ ਵੱਧ ਜੂਗਾ। 60 ਫੁੱਟ ਤਾਰ ਦੇ ਵਿੱਚ ਕਰੰਟ ਦਾ ਲੋਸ ਜਾਂਦਾ ਹੈ, ਤਾਂ DC ਕਰੰਟ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਵੀ ਦੂਰ ਤੱਕ ਟਰੈਵਲ ਨਹੀਂ ਕਰਦਾ, ਤਾਂ ਕੰਪਨੀ ਨੂੰ ਚਾਹੀਦਾ ਵੀ ਇਸ ਪੈਨਲ ਦੇ ਨਾਲ 1-1 ਫੁੱਟ ਦੀ ਤਾਰ ਹੀ ਹੋਣੀ ਚਾਹੀਦੀ ਦੋਵੇਂ ਪਾਸੇ, ਯਾਨੀ ਟੋਟਲ 2 ਫੁੱਟ। ਹੁਣ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਡਰਾਈਵ ਕਿਹੜੀ ਕੰਪਨੀ ਦੀ ਆ। ਇੱਥੇ ਆਪਾਂ ਡਰਾਈਵ ਵਰਤੀ ਆ ਜੀ ਕਰੰਪਟਨ ਕੰਪਨੀ ਦੀ। ਪੈਨਲਾਂ ਦੀ ਫ੍ਰੀਕੁਐਂਸੀ ਆਈ ਜਾਂਦੀ ਆ ਜੀ 43 ਦੇ ਕਰੀਬ, ਅਤੇ ਪੈਨਲਾਂ ਦੀ ਵੋਲਟੇਜ ਆਈ ਜਾਂਦੀ ਆ 304.5 ਦੇ ਕਰੀਬ, ਅਤੇ ਮੋਟਰ ਅੰਪੇਅਰ ਲਈ ਜਾਂਦੀ ਆ 9.6, ਮੋਟਰ ਵੋਲਟੇਜ ਲਈ ਜਾਂਦੀ ਆ 191, ਅਤੇ ਫ੍ਰੀਕੁਐਂਸੀ ਆਈ ਜਾਂਦੀ ਆ ਜੀ 43। ਇੱਥੇ ਪੈਨਲਾਂ ਦੀ ਇਨਪੁੱਟ ਆ ਜੀ, ਇੱਥੇ ਮੋਟਰ ਨੂੰ ਆਊਟਪੁੱਟ ਜਾਂਦੀ ਆ 3-phase, ਅਤੇ ਇੱਥੇ ਇੱਕ ਸਵਿੱਚ ਲੱਗੀ ਆ ਬਾਹਰ, ਤੁਸੀਂ ਇਹਨੂੰ ਔਨ ਆਫ ਕਰ ਸਕਦੇ ਮੋਟਰ ਨੂੰ, ਜਦੋਂ ਬੰਦ ਕਰਨੀ ਆ ਇੱਥੋਂ ਨਹੀਂ ਬੰਦ ਕਰਨੀ MCB ਤੋਂ, ਇੱਥੋਂ ਬਾਹਰੋਂ ਹੀ ਬੰਦ ਕਰਨੀ ਆ, ਕਿਉਂਕਿ DC ਕਰੰਟ ਦਾ ਸਪਾਰਕ ਬਹੁਤ ਹੁੰਦਾ ਹੈ, ਜੇ ਆਪਾਂ ਡਾਇਰੈਕਟ ਬੰਦ ਕਰ ਦਈਏ ਤਾਂ MCB 3-4 ਝਟਕੇ ਹੀ ਬਰਦਾਸ਼ਤ ਕਰਦਾ ਹੈ, ਸੜ ਜਾਂਦਾ ਹੈ। ਹੁਣ ਆਪਾਂ ਤੁਹਾਨੂੰ ਪ੍ਰੈਸ਼ਰ ਚੈੱਕ ਕਰਾਉਂਦੇ ਹਾਂ, ਦੇਖ ਸਕਦੇ ਪਾਣੀ ਦਾ ਪ੍ਰੈਸ਼ਰ। ਇੱਥੇ ਆਪਾਂ ਮੋਟਰ ਪਾਈ ਆ ਸਮਰਸੀਬਲ 3 HP ਦੀ, ਅਤੇ 9 ਪੈਨਲ ਲਾਏ ਆ ਵੇਖ ਸਕਦੇ ਹਾਂ, ਅਤੇ ਪ੍ਰੈਸ਼ਰ 3 ਇੰਚੀ ਫੁੱਲ ਆ, ਕਿਉਂਕਿ ਡਿਲੀਵਰੀ ਪੈਪ ਉੱਪਰ ਲੱਗੀ ਆ 3 ਇੰਚੀ, ਅਤੇ ਮੋਟਰ ਡੂੰਘੀ ਪਾਈ ਆ 60 ਫੁੱਟ, ਅਤੇ ਪਾਣੀ ਦਾ ਲੈਵਲ ਹੈਗਾ ਇੱਥੇ 20x22 ਫੁੱਟ 'ਤੇ। ਹੁਣ ਆਪਾਂ ਤੁਹਾਡੀ ਕਸਟਮਰ ਨਾਲ ਗੱਲ ਕਰਾਉਂਦੇ ਹਾਂ ਵੀ ਇਹ ਪ੍ਰੋਜੈਕਟ ਕਿੰਨੇ ਦਾ ਲਿਆ ਅਤੇ ਕਿੱਥੋਂ ਲਿਆ, ਹਰ ਚੀਜ਼ ਚੈੱਕ ਕਰਾਉਂਦੇ ਤੁਹਾਨੂੰ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਕੀ ਤੁਹਾਡਾ ਅਤੇ ਪਿੰਡ ਕਿਹੜਾ ਤੁਹਾਡਾ ਜੀ? ਜ਼ਿਲ੍ਹਾ ਫਿਰੋਜ਼ਪੁਰ 'ਚ ਪੈਂਦਾ ਹੈ ਜੀ, ਪਿੰਡ ਦਾ ਨਾਂ ਦੁਆਰਾ ਬੋਲਿਆ ਜੋ ਕੰਬਰ ਵੱਛਾ। ਇਹ ਪਲਾਂਟ ਤੁਸੀਂ ਕਿੰਨੇ ਦਾ ਲਿਆ ਜੀ? ਟ੍ਰਾਂਸਪੋਰਟ ਦਾ ਖਰਚਾ ਤੁਹਾਨੂੰ ਭਰਨਾ ਪਿਆ ਇਹਦਾ, ਤੇ ਪਾਣੀ ਦਾ ਪ੍ਰੈਸ਼ਰ ਕਿਵੇਂ ਲੱਗਿਆ ਤੁਹਾਨੂੰ? ਇੱਥੇ ਤੁਹਾਡੇ ਪਹਿਲਾਂ ਵੀ ਲੱਗਾ ਸੀ ਇੰਜਣ ਲੱਗਾ ਸੀ ਪਹਿਲਾਂ ਬਿਜਲੀ ਵਾਲੀ, ਇੰਨਾ ਹੀ ਪਾਣੀ ਸੋਦਾ ਵੀ ਇਹ ਉਹਦੇ ਨਾਲ ਜ਼ਿਆਦਾ ਕੱਢਦੀ ਆ। ਚਲੋ ਵਧੀਆ ਗੱਲ ਆ, ਤੁਹਾਨੂੰ ਪਸੰਦ ਆ ਗਿਆ ਇਹ?
ਵਧੀਆ ਇਹ ਨਾ ਇੱਕ ਚੀਜ਼ ਦੇਖਣ ਵਾਲੀ ਹੁੰਦੀ ਆ ਵੀ ਕਿਤੇ ਪੰਜ ਚਾਰ 15,000 ਰੁਪਇਆ ਸਸਤਾ ਸਮਾਨ ਵੀ ਮਿਲ ਜਾਂਦਾ ਜਗਾੜਬਾਜੀ ਵਾਲਾ ਟਰਾਈ ਮਾਰੀ ਉਹਦੇ 'ਚ ਕੀ ਹੁੰਦਾ ਜੀ ਸਮਾਨ ਹਲਕਾ ਦੇ ਦਿੰਦੇ ਆ। ਅੱਛਾ ਤੁਸੀਂ ਪਹਿਲਾਂ ਵੀ ਟਰਾਈ ਕੀਤੀ ਸੀ ਕਿਤੇ? ਇਉਂ ਹੁੰਦਾ ਜਿਵੇਂ ਆਪਣਾ ਸਮਾਨ ਲੱਗਾ ਉਹ ਹਲਕਾ ਦੇਦਾ 40-50 ਕਿਲੋ ਵਜਨ ਘਟਾ ਦਿੰਦੇ ਆ। ਓਕੇ ਓਕੇ। ਦੂਜਾ ਜਿਵੇਂ ਆਪਾਂ ਮੋਟਰ ਲੈਣੀ ਆ 5,000 ਦਾ ਮੋਟਰ 'ਚ ਫਰਕ ਪੈਂਦਾ। ਓਕੇ ਇਹ ਮੋਟਰ ਹੈਗੀ ਆ ਸਟੀਲ ਬਾਡੀ ਦੀ ਉਹਦੇ ਕਾਰਨ ਇੱਕ ਤਾਂ ਇਹਦੀ ਲੈਫ ਜ਼ਿਆਦਾ ਉਹ ਇੱਕ ਕਰੰਟ ਘੱਟ ਮਤਲਬ ਘੱਟ ਲੈਂਦੀ ਆ। ਓਕੇ ਓਕੇ ਓਕੇ। ਬਾਕੀ 10-15,000 ਬਚਾਉਣ ਦੀ ਬਜਾਏ ਚੰਗਾ ਤਾਂ ਇਹ ਹੁੰਦਾ ਵੀ ਇੱਕ ਵਾਰ ਸਮਾਨ ਲਾਉਣਾ। ਓਕੇ ਲੱਗ ਤਾਂ ਜਾਂਦਾ ਉਦੋਂ ਐਂ ਲੱਗਦਾ ਵੀ ਚਲੋ 10-15,000 ਬਚਾ ਲਊਗਾ। ਹਾਂਜੀ ਹਾਂਜੀ। ਮੈਂ ਖਾਸ ਤੌਰ 'ਤੇ ਪੂਰੀ ਟਰਾਈ ਮਾਰੀ ਵੀ ਇੱਕ ਜਗ੍ਹਾ ਨਹੀਂ ਬਹੁਤ ਜਗ੍ਹਾ ਟਰਾਈ ਮਾਰੀ ਜਿਹਦਾ ਸਹੀ ਲਾਉਣਾ ਤਾਂ ਸੇਮ ਹੀ ਪੈਸਾ ਲੱਗਦਾ। ਹਾਂਜੀ ਕਿਤੇ ਕਿਤੇ ਕੋਈ 5-10,000 ਘੱਟ ਵੀ ਕਹਿੰਦਾ ਸੀ ਪਰ ਉਹ ਕੀ ਇਸੀ ਗੱਲ ਆਉਂਦੀ ਸੀ ਜੋ ਸਮਾਨ ਹਲਕਾ ਸੀਗਾ ਹੁਣ ਜਿਹੜੀ ਆ ਬਾਈ ਨੇ ਰੰਗ ਦੀ ਕੀਤੀ ਇਹਦਾ ਕਾਰਨ। ਹਾਂਜੀ ਮੈਂ ਕਿਤੇ 1-2 ਜਗ੍ਹਾ ਦੇਖਿਆ ਸੀ ਜਿਵੇਂ ਉਹ ਹੋ ਸਕਦਾ ਲੋਹੇ ਦਾ ਸਮਾਨ ਲੱਗਾ ਉਹਨਾਂ ਦਾ ਜਗਾਲ ਪਿਆ ਇਸ ਕਰਕੇ ਮੈਂ ਰੰਗ ਕਰਤਾ। ਰੰਗ ਕਰਤਾ ਵਧੀਆ ਸੇਫਟੀ ਆ ਲਾਈਫ ਵੱਧ ਗਈ ਇਹਦੀ। ਰੰਗ ਤੇ ਦੂਜੀ ਗੱਲ ਹੈ ਵੀ ਰੰਗ ਕਰਨ ਦਾ ਕਾਰਨ ਵੀ ਸਾਡਾ ਤੇ ਜਿੰਨਾ ਜੱਟ ਦਾ ਲੋਹੇ ਦਾ ਸਮਾਨ ਹੈ 3 ਸਾਲਾਂ ਹੀ ਰੰਗ ਕਰਨਾ ਚਾਹੀਦਾ ਹਾਂਜੀ ਹਾਂਜੀ ਜਿੰਨੇ ਸੰਦਾ ਤੇ ਜਿੰਨਾ ਵੀ ਮੇਰਾ ਲੋਹੇ ਦਾ ਸਮਾਨ ਹੈ 3 ਸਾਲਾਂ ਬਾਅਦ ਰੰਗ ਆਪਦੇ ਘਰੇ ਹੀ ਕਰ ਲਓ। ਓਕੇ ਓਕੇ ਜੀ। ਇਸ ਕਰਕੇ ਰੰਗ ਕਰਨਾ ਜ਼ਰੂਰੀ ਉਹ ਆਪੋ ਆਪਣੀ ਜ਼ਰੂਰਤ ਆ ਪਰ ਰੰਗ ਕਰ ਦੇਣਾ ਜ਼ਰੂਰੀ। ਬਾਕੀ ਬਸ ਠੀਕ ਠਾਕ ਆ ਬਸ ਠੀਕ ਆ ਇਹਦਾ ਫਾਇਦਾ ਇਹ ਆ ਵੀ ਚਲੋ ਚੱਲੀ ਜਾਊਗੀ ਜੇ ਕਰੰਟ ਆਪਣਾ ਕਨੈਕਸ਼ਨ ਲੈਣਾ ਸਰਕਾਰ ਦਾ ਉਹ ਕਾਫੀ ਉਹ ਮਹਿੰਗਾ ਪੈਂਦਾ ਨਾਲੇ ਨੇਰੀ ਤੂਫਾਨ ਦੇ ਵਿੱਚ ਲੈਟ ਖੰਭੇ ਖੰਭੇ ਡਿੱਗ ਜਾਂਦੇ ਲੈਟ ਚਲੀ ਜਾਂਦੀ ਆ ਹਾਂ ਇਹਦੇ ਵਿੱਚ ਜਦੋਂ ਵੀ ਸੂਰਜ ਨਿਕਲਿਆ ਤੇ ਚੱਲ ਪੈਣਾ। ਬਾਕੀ ਪਿਛਲੇ ਸਾਲ ਨਾਲੋਂ ਰੇਟ ਘਟੇ ਹੋਏ ਆ ਹਾਂਜੀ ਪਿਛਲੇ ਸਾਲ ਟਰਾਈ ਮਾਰੀ ਸੀ 34 ਰੁਪਏ ਵਾਟ ਦੇ ਹਿਸਾਬ ਨਾਲ ਮਿਲਦੇ ਸੀ ਹੁਣ 2 ਮਿਲਦਾ ਹੁਣ 20 ਰੁਪਏ ਵਾਟ ਦੇ ਹਿਸਾਬ ਨਾਲ ਮਿਲਦਾ। ਓਕੇ ਓਕੇ ਮੰਨ ਕੇ ਚਲੋ 1 ਕਿਲੋ ਵਾਟ 20,000 ਬਾਕੀ ਸਮਾਨ ਤਾਂ ਉੱਥੇ ਮੋਟਰ ਲੱਗਣੀ ਆ ਸਟਾਰਟਰ ਆ ਹਾਂਜੀ ਕੰਪਨੀ ਦਾ ਕਰੰਪਟਨ ਦਾ ਸਟਾਰਟਰ ਆ ਲੁੱਬੀ ਦੀ ਮੋਟਰ ਆ ਤੇ ਲੁੱਬੀ ਦੇ ਪੈਨਲ ਆ ਜੀ ਚੰਗੇ ਜੀ ਸਮਾਨ ਆ ਥੋੜਾ ਜਿਹਾ ਪੈਸਾ ਦਾ ਬਰਬਾਦ ਲੱਗੇ। ਓਕੇ ਜੀ ਓਕੇ ਬਹੁਤ ਮਿਹਰਬਾਨੀ ਠੀਕ ਆ ਜੀ ਧੰਨਵਾਦ। ਜੇ ਤੁਸੀਂ ਹੁਣ ਮੋਟਰਾਂ ਬੁੱਕ ਕਰਾਓਗੇ ਤਾਂ ਝੋਨੇ ਦੇ ਸੀਜ਼ਨ ਵਿੱਚ ਲਵਾ ਸਕਦੇ ਆ ਕਿਉਂਕਿ ਹੁਣ ਬਹੁਤ ਘੱਟ ਰੇਟ ਦੇ ਵਿੱਚ ਬੁਕਿੰਗ ਹੁੰਦੀ ਆ। ਜੇ ਤੁਸੀਂ ਝੋਨੇ ਦੇ ਸੀਜ਼ਨ ਵਿੱਚ ਲਵਾਓਗੇ ਤਾਂ ਮੋਟਰ ਬਹੁਤ ਮਹਿੰਗੀ ਮਿਲੂਗੀ। ਹੁਣ ਤੁਸੀਂ ਕੁਛ ਐਡਵਾਂਸ ਪੈਸੇ ਦੇ ਕੇ ਸਾਥੋਂ ਮੋਟਰ ਬੁੱਕ ਕਰਾ ਸਕਦੇ ਆ ਤੇ ਝੋਨੇ ਦੇ ਸੀਜ਼ਨ ਵਿੱਚ ਲਵਾ ਸਕਦੇ ਆ। ਸਾਡਾ ਮੋਬਾਈਲ ਨੰਬਰ ਆ ਜੀ 98-51-33-007। ਮੈਂ ਇੱਕ ਵਾਰ ਹੋਰ ਰਿਪੀਟ ਕਰ ਦਿੰਦਾ 98-51-33-007 ਤੇ ਸਾਡਾ ਆਫਿਸ ਬਣਿਆ ਹੈ ਫਰੀਦਕੋਟ। ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਮੋਟਰ ਬੁੱਕ ਕਰਾ ਸਕਦੇ ਆ। ਇਹੋ ਜਿਹੀਆਂ ਹੋਰ ਵੀਡੀਓ ਵੇਖਣ ਲਈ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।